ਟ੍ਰੈਫਿਕ ਵੱਲੋਂ ਅਤੇ ਪੰਜਾਬ ਪੁਲਿਸ ਵੱਲੋਂ ਜੋ ਨੰਬਰ ਪਲੇਟਾਂ ਨਹੀਂ ਲੱਗੀਆਂ ਤਾਂ ਉਹਦਾ ਸਰ ਫਸਟ ਟਾਈਮ 2000 ਰੁਪਏ ਚਲਾਨ। ਦੂਸਰੀ ਵਾਰ ਵੀ ਆਪਾਂ ਨੰਬਰ ਪਲੇਟਾਂ ਹਾਲੇ ਨਹੀਂ ਲਗਵਾਈਆਂ ਤਾਂ ਕਿਤੇ ਵੀ ਆਪਾਂ ਨੂੰ ਜੋ ਅਧਿਕਾਰੀ ਨੇ ਉਹ ਚੈਕਿੰਗ ਦੇ ਦੌਰਾਨ ਆਪਾਂ ਨੂੰ ਚੈੱਕ ਕਰਦੇ ਨੇ ਪਾਉਂਦੇ ਨੇ ਇਸ ਤਰ੍ਹਾਂ ਵੀ ਤਾਂ ਸੈਕਿੰਡ ਟਾਈਮ ਜੋ ਇਹਦਾ ਜੀ ਸੈਕਿੰਡ ਟਰਮ ਦੇ ਵਿੱਚ ਜੋ ਚਲਾਨ ਹੈ ਉਹ ਇਸਦਾ 2000। ਸਰ ਜੋ ਹੋਮ ਮਿਨਿਸਟਰੀ ਵੱਲੋਂ ਜੋ ਗਾਈਡਲਾਈਨਸ ਦਿੱਤੀਆਂ ਗਈਆਂ ਨੇ ਜੀ ਹੋਮ ਮਿਨਿਸਟਰੀ ਵੱਲੋਂ ਐਂਡ ਦੈਨ ਸਟੇਟ ਗਵਰਨਮੈਂਟ ਆਫ ਪੰਜਾਬ ਵੱਲੋਂ ਸਟੇਟ ਟਰਾਂਸਪੋਰਟ ਕਮਿਸ਼ਨ ਪੰਜਾਬ ਆਫਿਸ ਵੱਲੋਂ ਜੋ ਐਗਰੋ ਇੰਪੈਕਟਸ ਕਹਿ ਸਕਦੇ ਹਾਂ ਜੀ ਐਗਰੋ ਇੰਪੈਕਟਸ ਪ੍ਰਾਈਵੇਟ ਲਿਮਿਟਡ ਨਾਲ ਮਿਲ ਕੇ ਹਾਈ ਸਕਿਉਰਿਟੀ ਨੰਬਰ ਪਲੇਟਾਂ ਨੇ ਜਿਹੜੀਆਂ ਉਹ ਵਹੀਕਲਾਂ ਦੇ ਆਪਾਂ ਜੋ ਫਿੱਟ ਕਰਨ ਦਾ ਜੋ ਪ੍ਰੋਸੈਸ ਸ਼ੁਰੂ ਹੋਇਆ ਜੀ। ਦੂਜੀ ਗੱਲ ਸਰ ਜੋ ਕੁਸ਼ਚਨ ਤੁਸੀਂ ਪੁੱਛਿਆ ਜੀ ਹਾਈ ਸਕਿਉਰਿਟੀ ਨੰਬਰ ਪਲੇਟਾਂ ਦੇ ਨਾਲ ਆਪਾਂ ਹੁਣ ਦੇ ਟਾਈਮ ਦੇ ਵਿੱਚ ਕੋਈ ਵੀ ਵਰਕ ਜਿਵੇਂ ਆਪਾਂ ਆਪਣੀ ਡੇਲੀ ਲਾਈਫ ਦੇ ਵਿੱਚ ਵਰਕ ਕਰਦੇ ਹਾਂ ਕੋਈ ਸਾਧਨ ਬੰਦਾ ਖਰੀਦਦਾ ਕੋਈ ਵੇਚਦਾ ਕਿਸੇ ਨੇ ਲੋਨ ਕਰਵਾਉਣਾ ਐਚ ਪੀ ਕਰਵਾਉਣੀ ਹੈ ਤਾਂ ਉਸ ਦੇ ਵਿੱਚ ਤੁਹਾਡੀਆਂ ਜਿਹੜੀਆਂ ਉਹ ਨੰਬਰ ਪਲੇਟਾਂ ਉਹ ਲੱਗੀਆਂ ਹੋਣੀਆਂ ਬਹੁਤ ਜ਼ਰੂਰੀ ਹੈ। ਅਤੇ ਜੇ ਤੁਸੀਂ ਮੰਨ ਲਓ ਕੋਈ ਸਾਧਨ ਖਰੀਦਿਆ ਹੈ ਤਾਂ ਉਹਦੀ ਆਰ ਸੀ ਆਪਣੇ ਨਾਲ ਕਰਾਉਣੀ ਹੈ ਤਾਂ ਤੁਹਾਡੇ ਨਾਲ ਨੰਬਰ ਪਲੇਟਾਂ ਲੱਗਣਗੀਆਂ ਦੈਨ ਹੀ ਉਹ ਆਰ ਸੀ ਪ੍ਰਿੰਟ ਹੋਵੇਗੀ। ਕਿਹੜੇ ਮਾਡਲ ਤੋਂ ਬਾਅਦ ਦੀਆਂ ਬਣਨੀਆਂ ਨੇ ਕਿਹੜੇ ਤੋਂ ਨਹੀਂ ਬਣਨੀਆਂ? ਸਰ ਦੇਖੋ ਜੇ ਮੈਂ ਮਾਡਲ ਦੀ ਗੱਲ ਕਰਾਂ ਜੀ ਮਾਡਲ ਮਾਰਚ 2019 ਕਿਉਂਕਿ ਮੰਨ ਲਓ ਵੀ ਅਪ੍ਰੈਲ 2019 ਤੋਂ ਜੀ ਪਲੇਟਾਂ ਨੇ ਜਿਹੜੀਆਂ ਬ੍ਰੈਂਡ ਨਿਊ ਸਾਧਨਾਂ ਦੀਆਂ ਏਜੰਸੀਆਂ ਦੇ ਵਿੱਚ ਹੀ ਫਿੱਟ ਹੋ ਕੇ ਆਉਣ ਲੱਗ ਗਈ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਇਸ ਚੀਜ਼ ਦਾ ਕੋਈ ਜਿਹੜਾ ਜਿਵੇਂ ਪੁਲਿਸ ਪ੍ਰਸ਼ਾਸਨ ਹੋ ਗਿਆ ਜਾਂ ਹੋਰ ਉਹਨਾਂ ਨੂੰ ਵੀ ਇਸ ਚੀਜ਼ ਦਾ ਕੋਈ ਬੈਨੀਫਿਟ ਮਿਲਦਾ? ਉਸ ਪਲੇਟ ਦੇ ਨਾਲ ਜੀ ਪਲੇਟ ਦੇ ਨਾਲ ਲੇਜ਼ਰ ਬਾਰ ਕੋਡ ਹੁੰਦੇ ਨੇ ਉਹ ਦੋਨੋਂ ਪਲੇਟਾਂ ਦੇ ਫਰੰਟ ਪਲੇਟ ਦਾ ਅਤੇ ਰੀਅਰ ਪਲੇਟ ਉਹ ਦੋਨੋਂ ਬਾਰ ਕੋਡ ਡਿਫਰੈਂਟ ਡਿਫਰੈਂਟ ਨੰਬਰ ਦੇ ਹੁੰਦੇ ਨੇ ਸੇਮ ਨੰਬਰ ਦੇ ਨਹੀਂ ਹੁੰਦੇ ਡਿਫਰੈਂਟ ਹੁੰਦੇ ਨੇ ਉਹ ਜੀ ਸਾਰੀ ਜੋ ਵਹੀਕਲ ਦੀ ਡਿਟੇਲ ਹੈ ਉਸ ਨਾਲ ਸਕੈਨ ਹੁੰਦੇ ਨੇ ਮੈਪ ਹੁੰਦੇ ਨੇ ਬਾਏ ਡਿਫਾਲਟ ਤਾਂ ਪੁਲਿਸ ਪ੍ਰਸ਼ਾਸਨ ਵਾਸਤੇ ਇਹ ਤਾਂ ਪੱਖ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅਤੇ ਮੈਂ ਹਾਂ ਮਨੀਸ਼ ਸ਼ਰਮਾ। ਗੱਲ ਕਰੀਏ ਹਾਈ ਸਕਿਉਰਿਟੀ ਨੰਬਰ ਪਲੇਟਾਂ ਜਿਹੜੀਆਂ ਹੁਣ ਸਟਾਰਟ ਹੋ ਰਹੀਆਂ ਨੇ ਅਤੇ ਜਿਹਦੇ ਵਿੱਚ ਸਰਕਾਰ ਵੱਲੋਂ ਕਾਫੀ ਜ਼ਿਆਦਾ ਅਥੈਂਟੀਕੇਸ਼ਨ ਵਧਾ ਦਿੱਤੀਆਂ ਹੋਈਆਂ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਇਹ ਚੀਜ਼ਾਂ ਹੋਣੀਆਂ ਜ਼ਰੂਰੀ ਆ ਜੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਦਿੱਕਤਾਂ ਆਉਣੀਆਂ ਕਸਟਮਰ ਨੂੰ ਜਿਹੜਾ ਵੀ ਵਿਅਕਤੀ ਕੋਈ ਵੀ ਗੱਡੀ ਸਕੂਟਰ ਮੋਟਰਸਾਈਕਲ ਚਲਾ ਰਿਹਾ ਤਾਂ ਉਸਦੇ ਜਿਹੜੇ ਚਲਾਨ ਹੋਣਗੇ ਅਤੇ ਜੇ ਉਹ ਫੇਰ ਵੀ ਨਹੀਂ ਲਵਾਉਂਦਾ ਤਾਂ ਉਸਦੇ ਚਲਾਨ ਜਿਹੜੇ ਹੋਰ ਜ਼ਿਆਦਾ ਮਹਿੰਗੇ ਹੋ ਜਾਣਗੇ। ਸਾਡੇ ਨਾਲ ਅਧਿਕਾਰੀ ਨੇ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਦਾ ਇਸ 'ਤੇ ਕੀ ਕਹਿਣਾ। ਵੀਰ ਜੀ ਕੀ ਪੂਰਾ ਕੀ ਮਤਲਬ ਜਿਹੜੀ ਸਰਕਾਰ ਹੈ ਇਹ ਕਿਹਾ ਗਾ ਕੀ ਪੂਰਾ ਮਾਮਲਾ ਕੀ ਹੈ ਕੀ ਕੀ ਇਹਦੇ ਵਿੱਚ ਹੋਊਗਾ ਕਿਵੇਂ ਕਿਵੇਂ ਦੱਸੂਗੇ? ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਰ ਜੀ ਸਾਡੇ ਆਉਣ ਲਈ ਜੀ। ਸਰ ਇਹ ਜੋ ਹੋਮ ਮਿਨਿਸਟਰੀ ਵੱਲੋਂ ਜੋ ਗਾਈਡਲਾਈਨਸ ਦਿੱਤੀਆਂ ਗਈਆਂ ਨੇ ਜੀ ਹੋਮ ਮਿਨਿਸਟਰੀ ਵੱਲੋਂ ਐਂਡ ਦੈਨ ਸਟੇਟ ਗਵਰਨਮੈਂਟ ਆਫ ਪੰਜਾਬ ਵੱਲੋਂ ਸਟੇਟ ਟਰਾਂਸਪੋਰਟ ਕਮਿਸ਼ਨ ਪੰਜਾਬ ਆਫਿਸ ਵੱਲੋਂ ਜੋ ਐਗਰੋ ਇੰਪੈਕਟਸ ਕਹਿ ਸਕਦੇ ਹਾਂ ਜੀ ਐਗਰੋ ਇੰਪੈਕਟਸ ਪ੍ਰਾਈਵੇਟ ਲਿਮਿਟਡ ਨਾਲ ਮਿਲ ਕੇ ਹਾਈ ਸਕਿਉਰਿਟੀ ਨੰਬਰ ਪਲੇਟਾਂ ਨੇ ਜਿਹੜੀਆਂ ਉਹ ਵਹੀਕਲਾਂ ਦੇ ਆਪਾਂ ਜੋ ਫਿੱਟ ਕਰਨ ਦਾ ਜੋ ਪ੍ਰੋਸੈਸ ਸ਼ੁਰੂ ਹੋਇਆ ਜੀ। ਇਸ ਦੇ ਵਿੱਚ ਕੀ ਹੈ ਸਰ ਜੋ ਹਾਈ ਸਕਿਉਰਿਟੀ ਨੰਬਰ ਪਲੇਟਾਂ ਨੇ ਉਹ ਇੱਕ ਤਰ੍ਹਾਂ ਦੇ ਤੁਹਾਡੇ ਵਾਹਨ ਦੇ ਲਈ ਸੇਫ ਐਂਡ ਸਿਕਿਉਰਿਟੀ ਅਤੇ ਔਨਲਾਈਨ ਹੀ ਪ੍ਰੋਸੈਸ ਹੈ ਜਿਸ ਦੇ ਵਿੱਚੋਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਇੱਕ ਤਰ੍ਹਾਂ ਦਾ ਆਪਾਂ ਜੋ ਵੀ ਆਈ ਪੀ ਕਲਚਰ ਕਹਿ ਸਕਦੇ ਹਾਂ ਜੋ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਜੋ ਫੈਂਸੀ ਨੰਬਰ ਪਲੇਟਾਂ ਆਪਾਂ ਦੇਖੋ ਆਮ ਵਹੀਕਲਾਂ ਦੇ ਲੱਗੀਆਂ ਦੇਖਦੇ ਹਾਂ ਠੀਕ ਹੈ ਜੀ ਅਤੇ ਜੋ ਇੱਕ ਤਰ੍ਹਾਂ ਦਾ ਮੰਨ ਲਓ ਵੀ ਕਹਿ ਸਕਦੇ ਹਾਂ ਵੀ ਆਪਾਂ ਕੋਈ ਜ਼ਿਆਦਾ ਸੇਫ ਜਾਂ ਸਿਕਿਉਰਿਟੀ ਪੇਸ਼ ਨਹੀਂ ਕਰਦੀਆਂ ਜੋ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਨੇ ਜੀ ਇਹ ਇੱਕ ਤਰ੍ਹਾਂ ਦਾ ਮੰਨ ਲਓ ਸਿਕਿਉਰਿਟੀ ਅਤੇ ਇਕੁਅਲਿਟੀ ਨੇ ਜੋ ਪਬਲਿਕ ਨੂੰ ਆਪਣੇ ਸਮਾਜ ਨੂੰ ਪ੍ਰੋਵਾਈਡ ਕਰ ਰਹੀਆਂ ਨੇ। ਦੂਜੀ ਗੱਲ ਸਰ ਜੋ ਕੁਸ਼ਚਨ ਤੁਸੀਂ ਪੁੱਛਿਆ ਜੀ ਹਾਈ ਸਕਿਉਰਿਟੀ ਨੰਬਰ ਪਲੇਟਾਂ ਦੇ ਨਾਲ ਆਪਾਂ ਹੁਣ ਦੇ ਟਾਈਮ ਦੇ ਵਿੱਚ ਕੋਈ ਵੀ ਵਰਕ ਜਿਵੇਂ ਆਪਾਂ ਆਪਣੀ ਡੇਲੀ ਲਾਈਫ ਦੇ ਵਿੱਚ ਵਰਕ ਕਰਦੇ ਹਾਂ ਕੋਈ ਸਾਧਨ ਬੰਦਾ ਖਰੀਦਦਾ ਕੋਈ ਵੇਚਦਾ ਕਿਸੇ ਨੇ ਲੋਨ ਕਰਵਾਉਣਾ ਐਚ ਪੀ ਕਰਵਾਉਣੀ ਹੈ ਕਿਸੇ ਨੇ ਲੋਨ ਕਲੀਅਰ ਕਰਤਾ ਉਸਨੂੰ ਕੱਟ ਆਫ ਕਰਾਉਣਾ ਜੀ ਜਾਂ ਔਨਲਾਈਨ ਪੋਲਿਊਸ਼ਨ ਔਨਲਾਈਨ ਇੰਸ਼ੋਰੈਂਸ ਜੋ ਵੀ ਜੋ ਇਹ ਸੈਗਮੈਂਟ ਨੇ ਜੀ ਤਾਂ ਉਸ ਦੇ ਵਿੱਚ ਤੁਹਾਡੀਆਂ ਜਿਹੜੀਆਂ ਉਹ ਨੰਬਰ ਪਲੇਟਾਂ ਉਹ ਲੱਗੀਆਂ ਹੋਣੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਜੇ
ਮੈਂ ਸਭ ਤੋਂ ਬਾਏ ਪ੍ਰੋਸੈਸ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਜੇ ਨੰਬਰ ਪਲੇਟਾਂ ਲੱਗੀਆਂ ਆਉਣਗੀਆਂ ਇਟ ਮੀਨਸ ਤੁਹਾਡਾ ਵਹੀਕਲ ਹੈ ਜਿਹੜਾ ਉਹ ਆਨਲਾਈਨ ਦੇ ਵਿੱਚ ਮਤਲਬ ਸਹੀ ਹੈ, ਤੁਹਾਡਾ ਡਾਟਾ ਹੈਗਾ ਜੋ ਉਹ ਬਿਲਕੁਲ ਪਰਫੈਕਟ ਹੈ, ਤਾਂ ਦੈਨ ਤੁਸੀਂ ਤੁਹਾਨੂੰ ਈਜ਼ੀਲੀ ਹੋਵੇਗਾ। ਤੇ ਜੇ ਤੁਸੀਂ ਮੰਨ ਲਓ ਕੋਈ ਸਾਧਨ ਖਰੀਦਿਆ ਹੈ ਉਹਦੀ ਆਰਸੀ ਆਪਣੇ ਨਾਲ ਕਰਾਉਣੀ ਹੈ ਤਾਂ ਤੁਹਾਡੇ ਨਾਲ ਨੰਬਰ ਪਲੇਟਾਂ ਲੱਗਣਗੀਆਂ, ਦੈਨ ਹੀ ਉਹ ਆਰਸੀ ਪ੍ਰਿੰਟ ਹੋਏਗੀ। ਇਹ ਪ੍ਰੋਸੈਸ ਹੈ। ਜੇ ਮੰਨ ਕੇ ਚੱਲੋ ਕੋਈ ਕਿਸੇ ਬੰਦੇ ਕੋਲ ਪੁਰਾਣਾ ਕੋਈ ਵੀ ਵਹੀਕਲ ਚੱਲ ਰਿਹਾ, ਕੋਈ ਗੱਡੀ ਚੱਲ ਰਹੀ ਹੈ ਜੀ ਸਰ, ਉਹ ਪਹਿਲਾਂ ਪੁਰਾਣੀਆਂ ਪਲੇਟਾਂ 'ਤੇ ਹੀ ਲਈ ਫਿਰਦਾ, ਉਸਨੂੰ ਨਹੀਂ ਪਤਾ, ਤਾਂ ਉਹਨੂੰ ਪਤਾ ਕਿਵੇਂ ਲੱਗੂ? ਜੇ ਜਾਂ ਆਪਾਂ ਕਹਿ ਸਕਦੇ ਹਾਂ ਜੇ ਪਤਾ ਲੱਗਣ ਤੋਂ ਇਲਾਵਾ ਵੀ ਜਿਹੜਾ ਬੰਦਾ ਗੱਡੀ ਲਈ ਫਿਰਦਾ ਉਹਦੇ ਲਈ ਵੀ ਇਹ ਜ਼ਰੂਰੀ ਆ ਜਾਂ ਉਸੇ ਤਰ੍ਹਾਂ ਚਲਾ ਸਕਦਾ, ਜਾਂ ਉਹਨੂੰ ਕੀ ਪਤਾ ਲੱਗਦਾ? ਨਹੀਂ ਸਰ ਬਿਲਕੁਲ ਜੀ, ਇਹ ਮੈਂਡੇਟਰੀ ਨੇਗੀਆਂ, ਮੈਂਡੇਟਰੀ ਕਰ ਦਿੱਤੀਆਂ ਗਈਆਂ ਨੇਗੀਆਂ। ਜੇ ਮੈਂ ਗਵਰਨਮੈਂਟ ਦੀ ਗੱਲ ਕਰਾਂ ਤਾਂ ਇੱਕ ਸਟੇਟ ਗਵਰਨਮੈਂਟ ਪੰਜਾਬ ਵੱਲੋਂ ਇੱਕ ਰੂਲ ਰੈਗੂਲੇਸ਼ਨ ਜੋ ਜਾਰੀ ਕੀਤਾ ਗਿਆ, ਇੰਪਲੀਮੈਂਟ ਕੀਤਾ ਗਿਆ ਜੀ ਹਾਈ ਸਕਿਉਰਿਟੀ ਨੰਬਰ ਪਲੇਟਾਂ ਦੇ ਰਿਗਾਰਡਿੰਗ। ਜੇਕਰ ਬੰਦਾ ਚਲਾ ਰਿਹਾ, ਸਾਧਨ ਚਲਾ ਰਿਹਾ, ਮੰਨ ਲਓ ਚਾਹੇ ਬਾਈਕ ਹੈ, ਚਾਹੇ ਗੱਡੀ ਹੈ, ਚਾਹੇ ਕੋਈ ਵੱਡਾ ਸਾਧਨ ਹੈ ਜੀ, ਮੰਨ ਲਓ ਟ੍ਰੈਫਿਕ ਵੱਲੋਂ ਅਤੇ ਪੰਜਾਬ ਪੁਲਿਸ ਵੱਲੋਂ ਜੋ ਨੰਬਰ ਪਲੇਟਾਂ ਨਹੀਂ ਲੱਗੀਆਂ, ਤਾਂ ਉਹਦਾ ਸਰ ਫਸਟ ਟਾਈਮ 2000 ਰੁਪਏ ਚਲਾਣ। ਜੇ ਸੈਕਿੰਡ ਟਾਈਮ ਵੀ ਸਪੋਜ਼ ਕਰੋ ਇੱਕ ਵਾਰੀ ਆਪਣਾ ਚਲਾਣ ਕਿਸੇ ਦਾ ਕੱਟਿਆ ਗਿਆ ਜੀ 2000 ਰੁਪਏ ਦਾ, ਦੂਸਰੀ ਵਾਰ ਵੀ ਆਪਾਂ ਨੰਬਰ ਪਲੇਟਾਂ ਹਾਲੇ ਨਹੀਂ ਲਗਵਾਈਆਂ, ਤਾਂ ਕਿਤੇ ਵੀ ਆਪਾਂ ਨੂੰ ਜੋ ਅਧਿਕਾਰੀ ਨੇ ਉਹ ਚੈਕਿੰਗ ਦੇ ਦੌਰਾਨ ਆਪਾਂ ਨੂੰ ਚੈੱਕ ਕਰਦੇ ਨੇ, ਪਾਉਂਦੇ ਨੇ ਇਸ ਤਰ੍ਹਾਂ ਵੀ, ਤਾਂ ਸੈਕਿੰਡ ਟਾਈਮ ਜੋ ਇਹਦਾ ਜੀ ਸੈਕਿੰਡ ਟਰਮ ਦੇ ਵਿੱਚ ਜੋ ਚਲਾਣ ਹੈ ਉਹ ਇਸਦਾ 2000 ਤੋਂ 3000 ਰੁਪਏ ਹੋ ਜਾਏਗਾ। ਹਾਂਜੀ ਬਿਲਕੁਲ। ਸੋ ਪਬਲਿਕ ਨੂੰ ਵੀ ਇੱਕ ਇਹੀ ਗੁਜ਼ਾਰਿਸ਼ ਹੈ ਵੀ ਜੋ ਇਸ ਤਰ੍ਹਾਂ ਦੇ ਪਲੈਂਟੀਆਂ ਨੇ ਜੋ ਚਲਾਣ ਨੇ ਉਸ ਦੇ ਰਿਗਾਰਡਿੰਗ ਵੀ ਜੋ ਇਹ ਹਾਈ ਸਕਿਉਰਿਟੀ ਨੰਬਰ ਪਲੇਟਾਂ ਨੇ ਉਹ ਲਗਵਾਉਣੀਆਂ ਜ਼ਰੂਰੀ ਨੇ, ਮੈਂਡੇਟਰੀ ਨੇ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਇਸ ਚੀਜ਼ ਦਾ ਕੋਈ ਜਿਹੜਾ ਜਿਵੇਂ ਪੁਲਿਸ ਪ੍ਰਸ਼ਾਸਨ ਹੋ ਗਿਆ ਜਾਂ ਹੋਰ, ਉਹਨਾਂ ਨੂੰ ਵੀ ਇਸ ਚੀਜ਼ ਦਾ ਕੋਈ ਬੈਨੀਫਿਟ ਮਿਲਦਾ? ਹਾਂਜੀ ਸਰ ਬਿਲਕੁਲ ਜੀ ਬਿਲਕੁਲ, ਬਹੁਤ ਅੱਛਾ ਸਵਾਲ ਹੈ ਤੁਹਾਡਾ। ਉਸ ਦੇ ਵਿੱਚ ਕੀ ਹੈ ਸਰ, ਜੋ ਮੰਨ ਲਓ ਜਦੋਂ ਕਸਟਮਰ ਮੰਨ ਲਓ ਨੰਬਰ ਪਲੇਟ ਦੀ ਜੋ ਫੀਸ ਭਰਦਾ ਗਾ ਜੀ ਆਪਣੇ ਮੋਬਾਈਲ ਤੋਂ ਜਾਂ ਆਨਲਾਈਨ ਆਪਣੇ ਪੀਸੀ ਤੋਂ, ਤਾਂ ਉਹ ਸਾਰੀ ਡਿਟੇਲ ਹੈ ਜੋ ਉਸ ਵੱਲੋਂ ਫਿਲ ਕੀਤੀ ਜਾਂਦੀ ਹੈ, ਬਕਾਇਦਾ ਉਸਦਾ ਇੰਜਨ ਨੰਬਰ, ਚਾਸੀ ਨੰਬਰ, ਉਸਦੀ ਕੈਟਾਗਰੀ ਕਮਰਸ਼ੀਅਲ ਨੋਨ ਕਮਰਸ਼ੀਅਲ, ਉਹ ਸਾਰੀ ਫਿਲ ਕਰਕੇ ਦੈਨ ਪਲੇਟ ਜਿਹੜੀ ਆ ਉਹ ਮੈਪ ਹੁੰਦੀ ਹੈ, ਬਣਦੀ ਹੈ, ਮੈਨੂਫੈਕਚਰ ਹੁੰਦੀ ਹੈ। ਉਸ ਪਲੇਟ ਦੇ ਨਾਲ ਜੀ ਪਲੇਟ ਦੇ ਨਾਲ ਲੇਜ਼ਰ ਬਾਰਕੋਡ ਹੁੰਦੇ ਨੇ, ਉਹ ਦੋਨੋਂ ਪਲੇਟਾਂ ਦੇ ਫਰੰਟ ਪਲੇਟ ਦਾ ਅਤੇ ਰੀਅਰ ਪਲੇਟ, ਉਹ ਦੋਨੋਂ ਬਾਰਕੋਡ ਡਿਫਰੈਂਟ ਡਿਫਰੈਂਟ ਨੰਬਰ ਦੇ ਹੁੰਦੇ ਨੇ, ਸੇਮ ਨੰਬਰ ਦੇ ਨਹੀਂ ਹੁੰਦੇ, ਡਿਫਰੈਂਟ ਹੁੰਦੇ ਨੇ। ਉਹ ਜੀ ਸਾਰੀ ਜੋ ਵਹੀਕਲ ਦੀ ਡਿਟੇਲ ਹੈ ਉਸ ਨਾਲ ਸਕੈਨ ਹੁੰਦੇ ਨੇ, ਮੈਪ ਹੁੰਦੇ ਨੇ ਬਾਏ ਡਿਫਾਲਟ। ਤਾਂ ਪੁਲਿਸ ਪ੍ਰਸ਼ਾਸਨ ਵਾਸਤੇ ਇਹ ਤਾਂ ਮੰਨ ਲਓ ਇੱਕ ਬਹੁਤ ਲਾਭਕਾਰੀ ਹੈ ਜੀ, ਮੰਨ ਲਓ ਫਾਇਦੇਮੰਦ ਆ, ਸਹਾਇਕ ਹੈ। ਮੰਨ ਲਓ ਆਪਾਂ ਬਾਰਕੋਡ ਦੀ ਮਦਦ ਦੇ ਨਾਲ ਜੀ ਮੰਨ ਲਓ ਵਹੀਕਲ ਦੀ ਸਾਰੀ ਡਿਟੇਲ ਹੈ ਜਿਹੜੀ ਉਹ ਆਪਾਂ ਓਪਨ ਕਰ ਸਕਦੇ ਹਾਂ, ਉਹ ਮੰਨ ਲਓ ਜਾਣਕਾਰੀ ਆਪਾਂ ਸੀਨ ਕਰ ਸਕਦੇ ਜੀ ਸਰ। ਅਤੇ ਇਸ ਤੋਂ ਇਲਾਵਾ ਜੇ ਆਪਾਂ ਇਸ ਦੀ ਗੱਲ ਕਰੀਏ ਵੀ ਜਿਵੇਂ ਆਪਾਂ ਕਹਿੰਦਾ ਕੋਈ ਵੀ ਟ੍ਰਾਂਸਫਰ ਕਰਨੀ ਹੈ ਤਾਂ ਉਹਦੇ ਲਈ ਪਲੇਟਾਂ ਜ਼ਰੂਰੀ ਹੈ, ਤਾਂ ਪਰ ਜੇ ਕਿਸੇ ਨੇ ਬੀਮਾ ਕਰਵਾਉਣਾ, ਕਿਸੇ ਨੇ ਉਸ ਤੋਂ ਇਲਾਵਾ ਆਪਣਾ ਇੰਸ਼ੋਰੈਂਸ ਕਰਵਾਉਣਾ, ਉਹਦੇ ਲਈ ਵੀ ਇਹ ਚੀਜ਼ਾਂ ਹੈਗੀਆਂ ਜ਼ਰੂਰੀ ਜਾਂ ਉਹ ਵੈਸੇ ਕਰਵਾ ਸਕਦਾ? ਸਰ ਦੇਖੋ ਇਹਦੇ ਵਿੱਚ ਦੋ ਕੈਟਾਗਰੀਆਂ ਦੇਖੋ ਜੀ, ਦੇਖੋ ਆਨਲਾਈਨ ਜੋ ਆਪਾਂ ਅੱਜ ਕੱਲ੍ਹ ਦੇਖੋ ਡਿਜੀਟਲ ਜਾਂ ਆਨਲਾਈਨ ਦਾ ਜੋ ਆਪਾਂ ਕਹਿ ਸਕਦੇ ਹਾਂ ਜੀ ਟਾਈਮ ਹੈ, ਆਨਲਾਈਨ ਤੁਸੀਂ ਕੋਈ ਵੀ ਐਕਟੀਵਿਟੀ ਕਰਨੀ ਹੈ, ਸਪੋਜ਼ ਇੰਸ਼ੋਰੈਂਸ ਲਾ ਲਓ ਆਨਲਾਈਨ ਜੀ, ਆਨਲਾਈਨ ਪੋਲਿਊਸ਼ਨ ਲਾ ਲਓ, ਆਨਲਾਈਨ ਟੈਕਸ ਦਾ ਲਾ ਲਓ, ਜਾਂ ਆਨਲਾਈਨ ਆਪਾਂ ਕਹਿ ਸਕਦੇ ਹਾਂ ਵੀ ਟ੍ਰਾਂਸਫਰ ਦਾ ਲਾ ਲਓ, ਜੋ ਵੀ ਆਪਾਂ ਆਨਲਾਈਨ ਐਕਟੀਵਿਟੀ ਕਰਨੀ ਹੈ ਜਾਂ ਪ੍ਰੋਸੈਸ ਕਰਨਾ, ਤਾਂ ਉਸਦੇ ਲਈ ਜੀ ਹਾਈ ਸਕਿਉਰਿਟੀ ਨੰਬਰ ਪਲੇਟਾਂ ਮੈਂਡੇਟਰੀ ਹੀ ਹਨ। ਠੀਕ ਹੈ ਜੀ, ਉਸਦੇ ਲਈ ਉਹ ਉਨ ਪ੍ਰੋਸੈਸਿੰਗ ਹੈ ਜਿਹੜੀ ਉਹਨਾਂ ਚਿਰ ਜੋ ਸਬਮਿਟ ਜਾਂ ਕੰਪਲੀਟ ਨਹੀਂ ਹੋਵੇਗੀ ਜੀ, ਜਿੰਨਾ ਚਿਰ ਮੰਨ ਲਓ ਹਾਈ ਸਕਿਉਰਿਟੀ ਨੰਬਰ ਪਲੇਟਾਂ ਵਹੀਕਲ ਦੇ ਫਿੱਟ ਨਹੀਂ ਹੋ ਜਾਂਦੀਆਂ, ਫਿਕਸੇਸ਼ਨ ਨਹੀਂ ਹੋ ਜਾਂਦੀ। ਕਿੰਨੇ ਪੁਰਾਣੇ ਸਮੇਂ ਤੱਕ ਦੀ ਹੈ ਜਿਹੜੀ ਇਹਦੇ ਵਿੱਚ ਨੰਬਰ ਪਲੇਟ ਲੱਗਣੀ ਹੈ ਜਾਂ ਕਾਪੀ ਬਣਨੀ ਹੈ? ਜੇ ਮੰਨ ਲਓ ਕਿਸੇ ਬੰਦੇ ਨੇ ਅੱਜ ਤੋਂ 3-4 ਜਾਂ 5 ਸਾਲ ਕਹਿ ਲਈਏ ਆਪਾਂ, ਉਹਨੇ ਕਾਪੀ ਬਣਵਾਈ ਹੀ ਨਹੀਂ ਹੋਈ, ਮੰਨ ਲਓ 2017 ਮੰਨ ਲਓ ਤਾਂ ਕਿਹੜੇ ਮਾਡਲ ਤੋਂ ਬਾਅਦ ਦੀਆਂ ਬਣਨੀਆਂ ਨੇ, ਕਿਹੜੇ ਤੋਂ ਨਹੀਂ ਬਣਨੀਆਂ? ਸਰ ਦੇਖੋ ਜੇ ਮੈਂ ਮਾਡਲ ਦੀ ਗੱਲ ਕਰਾਂ ਜੀ, ਮਾਡਲ ਮਾਰਚ 2019, ਕਿਉਂਕਿ ਮੰਨ ਲਓ ਵੀ ਅਪ੍ਰੈਲ 2019 ਤੋਂ ਜੀ ਪਲੇਟਾਂ ਨੇ ਜਿਹੜੀਆਂ ਬ੍ਰੈਂਡ ਨਿਊ ਸਾਧਨਾਂ ਦੀਆਂ ਏਜੰਸੀਆਂ ਦੇ ਵਿੱਚ ਹੀ ਫਿੱਟ ਹੋ ਕੇ ਆਉਣ ਲੱਗ ਗਏ ਸਾਧਨਾਂ ਦੇ ਪਲੇਟਾਂ ਦੇ। ਮੰਨ ਲਓ ਜੇ ਮੈਂ ਏਜੰਸੀ ਦੀ ਗੱਲ ਕਰਾਂ ਤਾਂ ਏਜੰਸੀ ਦੇ ਵਿੱਚੋਂ ਕੋਈ ਬੰਦਾ ਬ੍ਰੈਂਡ ਨਿਊ ਸਾਧਨ ਖਰੀਦ ਲਿਆ, ਗੱਡੀ ਖਰੀਦ ਰਿਹਾ, ਮੋਟਰਸਾਈਕਲ ਖਰੀਦ ਰਿਹਾ, ਤਾਂ ਉਸ ਦੇ ਜੀ ਪਲੇਟਾਂ ਏਜੰਸੀ ਦੇ ਵਿੱਚੋਂ ਫਿੱਟ ਹੋ ਕੇ ਹੀ ਉਹ ਸਾਧਨ ਬਾਹਰ ਆਊਗਾ। ਉਹ ਰਿਸਪੋਂਸੀਬਿਲਟੀ ਹੈ ਜਿਹੜੀ ਉਹ ਮੰਨ ਲਓ ਏਜੰਸੀ ਦੀ ਕੰਪਨੀ ਉਸ ਦੀ ਹੈ। ਅਤੇ ਜੇ ਮੈਂ ਗੱਲ ਕਰਾਂ ਜੀ ਉਸ ਤੋਂ ਪਹਿਲਾਂ ਦੇ ਜੋ ਸਾਧਨ ਨੇ, ਮੰਨ ਲਓ ਮਾਰਚ 2019 ਤੋਂ ਜੋ ਪਹਿਲਾਂ ਦੇ ਸਾਧਨ ਨੇ ਜੀ, ਉਹ ਸਾਧਨ ਦੇ ਕਸਟਮਰ ਨੇ ਜਿਹੜੇ ਐਪਲੀਕੈਂਟ ਨੇ ਜਿਹੜੇ ਉਹ ਫੀਸ ਪੇ ਕਰਕੇ ਆਪਣੇ ਜਿਹੜੇ ਹਾਈ ਸਕਿਉਰਿਟੀ ਨੰਬਰ ਪਲੇਟਾਂ ਨੇ ਉਹ ਫਿੱਟ ਕਰਵਾ ਸਕਦੇ ਨੇ।
ਇੱਕ ਆਪਾਂ ਇਹ ਵੀ ਕਹਿ ਸਕਦੇ ਯਾਨੀ ਕਿ ਹਾਈ ਸਕਿਉਰਿਟੀ ਨੰਬਰ ਪਲੇਟਾਂ ਲਗਵਾਉਣੀਆਂ ਫਿਰ ਜ਼ਰੂਰੀ ਹੀ ਹੋਣੀਆਂ ਹਰ ਇੱਕ ਬੰਦੇ ਨੂੰ ਲਗਵਾਉਣੀ ਪੈਣੀ ਹੈ ਹਾਂਜੀ ਸਰ ਬਿਲਕੁਲ ਜੀ ਸਰ ਬਿਲਕੁਲ ਬਿਲਕੁਲ ਦੋਸਤੋ ਇਹ ਸੀ ਜਾਣਕਾਰੀ ਤੁਹਾਡੇ ਲਈ ਜੇ ਕੋਈ ਵੀ ਸਾਧਨ ਵਰਤ ਰਿਹਾ ਚਾਹੇ ਉਹ ਗੱਡੀ ਆ ਚਾਹੇ ਸਕੂਟਰ ਆ ਚਾਹੇ ਮੋਟਰਸਾਈਕਲ ਆ ਉਹਦੇ ਲਈ ਹਾਈ ਸਕਿਉਰਿਟੀ ਨੰਬਰ ਪਲੇਟਾਂ ਜਿਹੜੀਆਂ ਲਗਵਾਉਣੀਆਂ ਜ਼ਰੂਰੀ ਆ ਕਿਉਂਕਿ ਲੋਕ ਪਰੇਸ਼ਾਨ ਨਾ ਹੋਣ ਆਉਣ ਵਾਲੇ ਸਮੇਂ ਦੇ ਵਿੱਚ ਪਰੇਸ਼ਾਨੀ ਤੋਂ ਬਚਣ ਦੇ ਲਈ ਇਹ ਤੁਹਾਨੂੰ ਜਾਣਕਾਰੀ ਦਿੱਤੀ ਗਈ ਆ ਅਤੇ ਤੁਸੀਂ ਵੀ ਇਹ ਚੀਜ਼ ਫੋਲੋ ਕਰ ਸਕਦੇ ਹੋ ਕਿਉਂਕਿ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦਿੱਕਤ ਆ ਸਕਦੀ ਆ ਹਾਈ ਸਕਿਉਰਿਟੀ ਨੰਬਰ ਪਲੇਟਾਂ ਦਾ ਜਿੱਥੇ ਤੁਹਾਨੂੰ ਬੈਨੀਫਿਟ ਵੀ ਆ ਅਤੇ ਉੱਥੇ ਨਾਲ ਨਾਲ ਤੁਸੀਂ ਔਨਲਾਈਨ ਵੀ ਸਾਰਾ ਆਪਣਾ ਜਿਹੜਾ ਮਤਲਬ ਪ੍ਰੋਸੈਸ ਪੂਰਾ ਕਰ ਸਕਦੇ ਹੋ ਔਰ ਪਰ ਸੋਨੂੰ ਫਸਟ ਦੇ ਵਿੱਚ ਜੇ ਆਪਾਂ ਕਹੀਏ ਇਹ ਨੰਬਰ ਪਲੇਟਾਂ ਲਗਵਾਉਣੀਆਂ ਪੈਣੀਆਂ ਹੀ ਪੈਣੀਆਂ ਮਨੀਸ਼ ਸ਼ਰਮਾ ਨਿਰਪੱਖ ਪੋਸਟ ਮਾਨਸਾ ਜਾਬੀਅਤ ਨਾਲ ਜੁੜਿਆ ਹਰ ਮੁੱਦਾ ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ ਯੂਟਿਊਬ ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ ਖਬਰ ਦੀ ਨਿਰਪੱਖ ਆਵਾਜ਼ ਵਿਜ਼ਿਟ ਕਰੋ www.nirpakhpost.com